ਸ ਸਾਕੀ ਦੀ ਕਹਾਣੀ ਭੈਣ ਜੀ ਦਾ ਬਾਕੀ ਦਾ ਹਿੱਸਾ ਗੁਰਦੀਪ ਕੌਰ ਦੇ ਮਹਿਕਮੇ ਦਾ ਕੋਈ ਵੀ ਬੰਦਾ ਕਦੇ ਉਹਨਾਂ ਦੇ ਪਿੰਡ ਦੇ ਸਕੂਲ ਨਹੀਂ ਸੀ ਆਇਆ ਕਿਉਂਕਿ ਉਹਨਾਂ ਨੂੰ ਚੋਰਾਂ ਤੇ ਸਨ ਲਾਉਣ ਵਾਲਿਆਂ ਦੇ ਪਿੰਡ ਜਾਂਦੇ ਆਂ ਡਰ ਲੱਗਦਾ ਸੀ ਉਹਨਾਂ ਦਾ ਦਫ਼ਤਰ ਨੇੜੇ ਦੇ ਕਸਬੇ 'ਚ ਸੀ ਜਿੱਥੇ ਮਹੀਨੇ 'ਚ ਇੱਕ ਵਾਰੀ ਜਾ ਕੇ ਗੁਰਦੀਪ ਕੌਰ ਤਨਖਾਹ ਲੈ ਆਉਂਦੀ ਸੀ ਉਸ ਲਈ ਉਹਨੂੰ ਹੁਣ ਫਰਮਾਹਾਂ ਦੇ ਰੁੱਖਾਂ ਨਾਲ ਘਰੇ ਰੇਤ ਸਟੇ ਪਹੇਜ ਪੈਦਲ ਨਹੀਂ ਸੀ ਟਰਣਾ ਪੈਂਦਾ ਸੋ ਉਹ ਲੰਬੜਦਾਰ ਗੱਡਾ ਜੋੜ ਕੇ ਆਪਣੇ ਖਾਸ ਬੰਦੇ ਨੂੰ ਨਾਲ ਘੱਲ ਦਿੰਦਾ ਸੀ ਜਦੋਂ ਤੇ ਗੁਰਬੀਤ कौर ਆਫਿਸ 'ਚ ਰਹਿੰਦੀ ਉਹ ਬੰਦਾ ਗੱਡਾ ਲਈ ਬਾਹਰ ਖੜਿਆ ਉਹਦੀ ਉਡੀਕ ਕਰਦਾ ਰਹਿੰਦਾ ਇਸੇ ਤਰ੍ਹਾਂ ਪਿੰਡ ਰਹਿੰਦੇ ਆ ਗੁਰਦੀਪ कौर ਨੂੰ 5 ਬਰੇ ਲੰਘ ਗਏ ਉਹ ਲੰਬੜਦਾਰ ਦੇ ਘਰ ਹੀ ਰਹੀ ਜਿਹਦੀ ਕੁੜੀ ਅੱਕੀ ਦਾ ਹੁਣ ਵਿਆਹ ਹੋ ਗਿਆ ਸੀ ਤੇ ਲੰਬੜਦਾਰ ਦੀਆਂ ਨਜ਼ਰਾਂ 'ਚ ਹੁਣ ਉਹ ਅੱਕੀ ਨਾਲੋਂ ਵੀ ਬਹੁਤੀ ਪਿਆਰੀ ਬਣ ਗਈ ਸੀ ਉਹਨੂੰ ਖਾਣ ਪੀਣ ਦੀ ਕੋਈ ਥੋੜ੍ਹ ਨਹੀਂ ਸੀ ਦੋਵੇਂ ਵੇਲੇ ਦੁੱਧ ਲੱਸੀ ਤੇ ਦੇਸੀ ਘਿਓ ਨਾਲ ਚੁਪੜੀ ਰੋਟੀ ਤੇ ਦਾਲ ਸਬਜ਼ੀ ਲੰਬੜਦਾਰਾਂ ਦੇ ਘਰੋਂ ਮਿਲਦੀ ਜਦੋਂ ਪਹਿਲੇ ਦਿਨ ਗੁਰਦੀਪ ਕੌਰ ਸਕੂਲ ਗਈ ਤਾਂ ਇੱਕ ਕੁੜੀ ਦੇ ਮੂੰਹੋਂ ਆਪਣੇ ਆਪ ਨੂੰ ਭੈਣ ਜੀ ਸੋਨ ਨੂੰ ਬਹੁਤ ਅਜੀਬ ਜਿਹਾ ਲੱਗਾ ਪਰ ਫਿਰ ਹੌਲੀ ਹੌਲੀ ਉਹਦੀ ਆਦਤ ਹੀ ਹੋ ਗਈ ਕੇਵਲ ਸਕੂਲ ਦੇ ਮੁੰਡੇ ਕੁੜੀਆਂ ਹੀ ਨਹੀਂ ਸਗੋਂ ਸਾਰਾ ਪਿੰਡ ਹੀ ਉਹਨੂੰ ਹੁਣ ਭੈਣ ਜੀ ਕਹਿ ਬੁਲਾਉਣ ਲੱਗਾ ਉਹਨਾਂ ਚ 60 ਸਾਲ ਦੇ ਬਜ਼ੁਰਗ ਵੀ ਹੁੰਦੇ ਉਹ ਪਿੰਡ ਦੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਤੀਕ ਦੀ ਭੈਣ ਜੀ ਹੀ ਸੱਦੀ ਜਾਂਦੀ ਸੀ ਕਿੰਨਾ ਪਵਿੱਤਰ ਰਿਸ਼ਤਾ ਸੀ ਉਹਨਾਂ ਦਾ ਉਸ ਨਾਲ ਸ਼ੈ ਰੰਦੇ ਪਿਓ ਨੇ ਇੱਕ ਦੋ ਵਾਰੀ ਗੁਰਦੀਪ ਕੌਰ ਨੂੰ ਉਸ ਥਾਂ ਤੋਂ ਬਦਲੀ ਕਰਵਾਉਣ ਲਈ ਕਿਹਾ ਵੀ ਪਰ ਉਹ ਉੱਚਾ ਪਿੰਡ ਛੱਡਣ ਨੂੰ ਤਿਆਰ ਨਾ ਹੋਈ ਕਦੇ ਕੋਈ ਆਪਣਾ ਘਰ ਵੀ ਛੱਡਦਾ ਹੈ ਆਪਣੇ ਲੋਕਾਂ ਨਾਲੋਂ ਵੀ ਕਦੇ ਕੋਈ ਵੱਖਰਾ ਹੁੰਦਾ ਹੈ ਮੈਂ ਹੀ ਜਾਣਦੀ ਆ ਕਿੰਨੀ ਲੋੜਿੰਦੀ ਆ ਮੈਂ ਉਹਨਾਂ ਨੂੰ ਜੇ ਮੈਂ ਹੀ ਉਹਨਾਂ ਨੂੰ ਛੱਡ ਗਈ ਤਾਂ ਕੀ ਫਿਰ ਉਹ ਇਕੱਲੇ ਨਹੀਂ ਰਹਿ ਜਾਣਗੇ ਮੇਰੇ ਬਿਨਾ ਗੁਰਦੀਪ ਕੌਰ ਦੇ ਮੂੰਹੋਂ ਇਹ ਟੁੱਟੀ ਗੱਲ ਸੁਣ ਪਿਓ ਦੇ ਚਿਹਰੇ ਵੱਲ ਦੇਖਦਾ ਰਹਿ ਗਿਆ ਜਿਸਤੇ ਲੱਗੀਆਂ ਦੋ ਅੱਖਾਂ ਮਮਤਾ ਚ ਡੁੱਬੀਆਂ ਅੰਦਰੋਂ ਗਿੱਲੀਆਂ ਹੁੰਦੀਆਂ ਜਾ ਰਹੀਆਂ ਸਨ ਵਕਤ ਲੰਘਦਾ ਗਿਆ ਗੁਰਦੀਪ ਕੌਰ ਦਾ ਵਿਆਹ ਹੋ ਗਿਆ ਪਰ ਤਾਂ ਵੀ ਉਹਨੇ ਪਿੰਡ ਨਾ ਛੱਡਿਆ ਪਿੰਡ ਵਾਲਿਆਂ ਉਹਨੂੰ ਧੀ ਬਣਾ ਲਿਆ ਤੇ ਉਹਦਾ ਪਤੀ ਪਿੰਡ ਦਾ ਜਵਾਈ ਸੱਦਿਆ ਜਾਂਦਾ ਦੋਹਾਂ ਨੂੰ ਆਪਣੇ ਆਪਣੇ ਰਿਸ਼ਤੇ ਅਨੁਸਾਰ ਮੰਨਿਆ ਜਾਂਦਾ ਪਿੰਡ ਵਾਲਿਆਂ ਉਹਨਾਂ ਲਈ ਤਿੰਨ ਕਮਰਿਆਂ ਦਾ ਇੱਕ ਪੱਕਾ ਘਰ ਬਣਾ ਕੇ ਦਿੱਤਾ ਗੁਰਦੀਪ ਕੌਰ ਦਾ ਘਰ ਵਾਲਾ ਸਵੇਰੇ ਸ਼ਹਿਰ ਨੌਕਰੀ ਲਈ ਜਾਂਦਾ ਸ਼ਾਮੀ ਪਿੰਡ ਮੁੜ ਆਉਂਦਾ ਹੌਲੀ ਹੌਲੀ ਇਸੇ ਤਰ੍ਹਾਂ ਤੀਵਰੇ ਲੰਘ ਗਏ ਗੁਰਦੀਪ ਕੌਰ ਦੇ ਬੱਚੇ ਵੱਡੇ ਹੋ ਸ਼ਹਿਰ ਪੜ ਸ਼ਹਿਰ ਜਾ ਵਸੇ ਪਰ ਉੱਚੇ ਪਿੰਡ ਹੀ ਰਹੀ ਇਹਨਾਂ 30 ਵਰਿਆਂ 'ਚ ਮਹਿਕਮੇ ਦਾ ਕੋਈ ਵੀ ਬੰਦਾ ਕਦੇ ਉਹਨਾਂ ਦੇ ਪਿੰਡ ਨਾ ਆਇਆ ਉਹ ਆਪ ਹਰ ਮਹੀਨੇ ਆਫਿਸ ਜਾ ਕੇ ਤਨਖਾਹ ਲੈ ਆਉਂਦੇ ਹੌਲੀ ਹੌਲੀ ਪਿੰਡ ਦਾ ਸਕੂਲ ਪੱਕਾ ਬਣ ਗਿਆ ਉਸ 'ਚ ਬੱਚੇ ਵੀ ਹੁਣ ਬਹੁਤ ਸਾਫ਼ ਸੁਥਰੇ ਬਣ ਕੇ ਆਉਂਦੇ ਸੁਖਦੇਵ ਸਿੰਘ ਵੀ ਇੰਨੇ ਵਰੇ ਗੁਰਦੀਪ ਕੌਰ ਨਾਲ ਨੌਕਰੀ ਕਰਦਾ ਰਿਹਾ ਉਹਨੇ ਵੀ ਬਦਲੀ ਨਾ ਕਰਵਾਈ ਫੇਰ ਅੱਜ 30 ਵਰਿਆਂ ਬਾਅਦ ਸ਼ਹਿਰੋਂ ਆਈ ਪਹਿਲੀ ਸਰਕਾਰੀ ਚਿੱਠੀ ਵੇਖ ਗੁਰਦੀਪ ਕੌਰ ਦੇ ਬੁੱਲਾਂ ਤੇ ਖੁਸ਼ੀ ਦੀਆਂ ਰੇਖਾਵਾਂ ਫੈਲ ਗਈਆਂ ਚਿੱਠੀ 'ਚ ਲਿਖਿਆ ਸੀ ਕਿ ਉਸ ਸਕੂਲ ਦੇ ਸਾਰੇ ਬੱਚਿਆਂ ਨੂੰ ਸਾਫ਼ ਸੁਥਰੇ ਕੱਪੜੇ ਪਹਿਨਾ ਹੱਥ 'ਚ ਰੰਗ-ਬਰੰਗੇ ਕਾਗਜ਼ਾਂ ਦੀਆਂ ਝੰਡੀਆਂ ਫੜਾ ਕੇ ਜਨਰੈਲੀ ਸੜਕ ਤੇ ਲੈ ਆਵੇ ਕਿਉਂਕਿ ਉਸ ਦਿਨ ਚੀਫ ਮਿਨਿਸਟਰ ਸਾਹਿਬ ਨੇ ਉਸਥਾਂ ਆਉਣਾ ਹੈ ਪੜ੍ਹਾਈ ਦਾ ਵਿਭਾਗ ਚਾਹੁੰਦਾ ਹੈ ਕਿ ਉਹ ਵੀ ਚੀਫ ਮਿਨਿਸਟਰ ਨੂੰ ਵਿਖਾ ਸਕੇ ਕਿ ਦੇਸ਼ ਦੀ ਤਰੱਕੀ ਚੋਂ ਕਿਸੇ ਪਾਸੇੋਂ ਘਟ ਨਹੀਂ ਚਿੱਠੀ ਪੜਦਿਆਂ ਗੁਰਦੀਪ ਕੌਰ ਦੇ ਨੈਮੰਂਜ ਕਿੰਨੇ ਸਾਰੇ ਵਿਚਾਰ ਜਾਗ ਪਏ ਚੀਫ ਮਨਿਸਟਰ ਸਾਹਿਬ ਮੈਨੂੰ ਮਿਲਣਾ ਚਾਹੁੰਦੇ ਨੇ ਮੇਰੇ ਸਕੂਲ ਦੇ ਬੱਚਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਇਹ ਸੋਚਦੇ ਹਾਂ ਕਿੰਨਾ ਚੰਗਾ ਲੱਗਾ ਉਹਨੂੰ ਕਿ ਉਹ ਕਿਸੇ ਨੂੰ ਦੱਸ ਵੀ ਨਾ ਸਕੇ ਉਹਦੇ ਮਨ 'ਚ ਆਇਆ ਕਿ ਭਾਵੇਂ ਇਹ ਲੰਬੇ ਅਰਸੇ ਬਾਅਦ ਸਹੀ ਪਰ ਤਾਂ ਵੀ ਉਹਦੀ ਪੁੱਛਤਾ ਹੋਈ ਨਹੀਂ ਤਾਂ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਲੱਗਦਾ ਕਿ ਗੁਰਦੀਪ ਕੌਰ ਨਾਂ ਦੀ ਕਿਸੇ ਕੁੜੀ ਨੇ ਆਪਣੇ ਜੀਵਨ ਦੇ 30 ਬਰੇ ਕਿਵੇਂ ਕਿਸੇ ਪਿੰਡ ਨੂੰ ਦੇ ਦਿੱਤੇ ਸਨ ਭਾਵੇਂ ਅਜੇ ਜਰਨਲਿਸਟ ਸੜਕ ਤੇ ਜਾਣ ਦੀ ਤਾਰੀਖ 'ਚ 4 ਦਿਨ ਬਾਕੀ ਸਨ ਪਰ ਗੁਰਦੀਪ ਕੌਰ ਤਾਂ ਪਹਿਲਾਂ ਹੀ ਫਿਕਰਾਂ 'ਚ ਡੁੱਬ ਗਈ। ਉਹਨੇ ਉਸੇ ਦਿਨ ਸਿਖਰ ਦੁਪਹਿਰੇ ਬਲਦੀ ਧੁੱਪ 'ਚ ਸੁਖਦੇਵ ਸਿੰਘ ਨੂੰ ਰੰਗ-ਬਰੰਗੇ ਗੁੱਡੀ ਕਾਗਜ਼ ਲੈਣ ਲਈ ਸ਼ਹਿਰ ਭੇਜ ਦਿੱਤਾ। ਖੱਗਰ ਦੇ ਕੰਢਿਆਂ, ਸਰਕੰਡੇ ਦੇ ਕਾਨੇ ਤੋੜਨ ਲਈ ਬੱਚੇ ਇਕੱਲੇ ਗਏ। ਮਲਮਲ ਦੇ ਕੱਪੜੇ 'ਚੋਂ ਆਪਣੇ ਹੱਥੀ ਹਾਟਾ ਛਾਣ ਕੇ ਮਾਵਾ ਬਣਾਇਆ। ਕੈਂਚੀ ਨਾਲ ਕਾਗਜ਼ ਕੱਟ ਕੇ ਬਹੁਤ ਸਾਰੀਆਂ ਝੰਡੀਆਂ ਤਿਆਰ ਕੀਤੀਆਂ ਗਈਆਂ। ਫਿਰ ਜਦੋਂ ਬਹੁਤ ਦਿਨਾਂ ਬਾਅਦ ਉਹਨੇ ਸ਼ੀਸ਼ੇ 'ਚ ਚੰਗੀ ਤਰ੍ਹਾਂ ਆਪਣਾ ਮੂੰਹ ਦੇਖਿਆ ਤਾਂ ਆਪਣੇ ਸਿਰ ਦੇ ਖਿਚੜੀ ਹੋਏ ਵਾਲਾਂ ਨੂੰ ਦੇਖਦੀ ਰਹਿ ਗਈ। ਉਹਨੂੰ ਪਹਿਲੀ ਵਾਰੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਦੀ ਉਮਰ ਦੇ ਬਹੁਤ ਸਾਰੇ ਦਿਨ ਲੰਘ ਗਏ ਐ। ਫਿਰ ਉਹਨੇ ਪੇਟੀ ਖੋਲੀ, ਉਸ 'ਚੋਂ ਬਾਰ ਕੱਪੜੇ ਕੱਢੇ। ਅਖੀਰ ਆਪਣੇ ਵਿਆਹ ਵੇਲੇ ਦੀ ਇੱਕ ਸਾੜੀ ਉਹਨੇ ਉਹਦੇ ਹੱਥ ਲੱਗ ਗਈ। ਜਿਸ ਤੇ ਜੜਿਆ ਸੁਨਹਿਰੀ ਗੋਟਾ ਕਈ ਥਾਵਾਂ ਵੇ ਵਕਤ ਨਾਲ ਕਾਲਾ ਪੈ ਗਿਆ ਸੀ। ਸਾੜੀ ਵੱਲ ਦੇਖਦੇ ਆ ਉਹਨੂੰ ਆਪਣੇ ਵਿਆਹ ਦੇ ਦਿਨ ਚੇਤੇ ਆਏ। ਉਹਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਫੇਰ ਉਗੜ ਵਿੱਚ ਮਗਦੇ ਗੋਹੇ ਪਾ ਆਪਣੀਆਂ ਡੁੱਬ ਡਬਾਉਂਦੀਆਂ ਅੱਖਾਂ ਲਈ ਉਹ ਸਾੜੀ ਦੇ ਵਟ ਕੱਢਣ ਲੱਗੀ ਰਾਤੀ ਖੁੱਲੀ ਛੱਤ ਤੇ ਲੇਟਿਆ ਉਹਨੂੰ ਨੀਂਦ ਨਾ ਆਈ ਕਈ ਵਾਰ ਉਹਨੂੰ ਇੰਜ ਲੱਗਦਾ ਜਿਵੇਂ ਚੀਫ ਮਿਨਿਸਟਰ ਸਾਹਿਬ ਉਸ ਸਾਹਮਣੇ ਖੜੇ ਹੋਣ ਤੇ ਉਹਨਾਂ ਆਪਣਾ ਸੱਜਾ ਹੱਥ ਮਿਲਣ ਲਈ ਗੁਰਦੀਪ ਕੌਰ ਵੱਲ ਕਰ ਦਿੱਤਾ ਹੋਵੇ ਪਰ ਗੁਰਦੀਪ ਕੌਰ ਨੇ ਅੱਗੇ ਦੋਵੇਂ ਹੱਥ ਜੋੜਦਿਆਂ ਕਿਹਾ ਹੋਵੇ ਸਰ ਸਾਡੇ ਬਹੁਤਾ ਪੜੇ ਲਿਖੇ ਹੋਣ ਦਾ ਇਹ ਮਤਲਬ ਤਾਂ ਨਹੀਂ ਵੀ ਆਦਮੀ ਤੇ ਔਰਤ ਅਜਨਬੀ ਹੁੰਦਿਆਂ ਵੀ ਇੱਕ ਦੂਜੇ ਦਾ ਹੱਥ ਫੜ ਲੈਣ। ਇਹ ਸੋਚ ਦੇ ਨਾਲ ਹੀ ਗੁਰਦੀਪ ਕੌਰ ਮੰਜੇ ਤੇ ਲੇਟੀ ਆਪਣੇ ਆਪ 'ਚ ਮੁਸਕਰਾ ਪੈਂਦੀ। ਤੂੰ ਬਹੁਤ ਬਹਾਦਰ ਕੁੜੀ ਐ ਜਿਹਨੇ ਐਸੇ ਪਿੰਡ 'ਚ ਸਾਰਾ ਜੀਵਨ ਕੱਟ ਦਿੱਤਾ। ਇੱਥੇ ਸਿਰਫ ਚੋਰ ਜਨਸੰਨ ਲਾਉਣ ਵਾਲੇ ਲੋਕ ਰਹਿੰਦੇ ਨੇ। ਤੂੰ ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ। ਮੈਂ ਸਰਕਾਰ ਪਾਸੋਂ ਤੈਨੂੰ ਇੱਕ ਵੱਡਾ ਇਨਾਮ ਦਿਲਾਵਾਂਗਾ ਜਿਵੇਂ 'ਚ ਹੀ ਮਿਨਿਸਟਰ ਸਾਹਿਬ ਦੀ ਆਵਾਜ਼ ਉਹਨੂੰ ਸੁਣਾਈ ਦਿੰਦੀ। ਹਰ ਰੋਜ਼ ਇਹਨਾਂ ਖਿਆਲਾਂ 'ਚ ਗਵਾਚੀ ਗੁਰਦੀਪ ਕੌਰ ਸੌ ਜਾਂਦੀ। ਦੋ ਤਿੰਨ ਦਿਨ ਬੱਚਿਆਂ ਨੂੰ ਬਾਰ-ਬਾਰ ਛੰਡੀਆਂ ਫੜਾ ਕੇ ਪ੍ਰੈਕਟਿਸ ਕਰਵਾਈ ਗਈ। ਕਿਸੇ ਵੱਡੇ ਪੁਰਸ਼ ਸਾਹਵੇਂ ਸਿੱਧੇ ਖੜੇ ਹੋਣ ਦਾ ਢੰਗ ਦੱਸਿਆ ਗਿਆ। ਚੀਫ ਮਿਨਿਸਟਰ ਦਾ ਮਤਲਬ ਨਾ ਸਮਝਦੇ ਹੋਏ ਵੀ ਬੱਚੇ ਬਹੁਤ ਖੁਸ਼ ਸੀ। ਗੁਰਦੀਪ ਕੌਰ ਨੂੰ ਪਤਾ ਸੀ ਚੀਫ ਮਿਨਿਸਟਰ ਦੇ ਆਉਣ ਦਾ ਵੇਲਾ ਸਵੇਰੇ 9 ਵਜੇ ਦਾ ਸੀ ਪਰ ਉਹਨੇ ਬੱਚਿਆਂ ਨੂੰ ਸਵੇਰੇ 6 ਵਜੇ ਹੀ ਸੱਦ ਲਿਆ। ਸਾਰੇ ਨਹਾ ਕੇ ਹੱਥ ਪੈਰਾਂ ਨੂੰ ਸਰੋਂ ਦੇ ਤੇਲ ਨਾਲ ਚਮਕਾ ਕੇ ਆਏ ਸੀ। ਗੁਰਦੀਪ ਕੌਰ ਨੇ ਵੀ ਪ੍ਰੈਸ ਕੀਤੀ ਸਾੜੀ ਬਨ ਕੇ ਬਹੁਤ ਬਰੇਆਬਾਦ ਢਿੱਲੀ ਗੁੱਤ ਦੀ ਥਾਂ ਤੇ ਜੂੜਾ ਬਣਾ ਲਿਆ। ਮੁੰਡੇ ਸਵੇਰੇ 7 ਵਜੇ ਤੋਂ ਪਹਿਲਾਂ ਹੀ ਹੱਥ ਛੰਡੀਆਂ ਫੜ ਜਰਨੈਲੀ ਸੜਕ ਵੱਲ ਟੁਰ ਪਏ। ਸਵੇਰੇ ਮੌਸਮ ਠੰਡਾ ਸੀ ਇਸ ਲਈ ਉਹਨਾਂ ਨੂੰ ਟੁਰਦਿਆਂ ਕੋਈ ਮੁਸ਼ਕਲ ਨਾ ਲੱਗੀ। 8:30 ਵਜੇ ਤੱਕ ਉਹ ਸਾਰੇ ਜਰਨੈਲੀ ਸੜਕ ਤੇ ਪਹੁੰਚ ਗਏ ਸੀ। ਗੁਰਦੀਪ ਕੌਰ ਨੇ ਉਹਨਾਂ ਨੂੰ ਇੱਕ ਕਤਾਰ 'ਚ ਖੜੇ ਕਰ ਦਿੱਤਾ ਪਰ ਸ ਵਿੱਚੋਂ ਰੁਮਾਲ ਕੱਢ ਮੂੰਹ ਤੇ ਜੰਮੀ ਮਿੱਟੀ ਦੀ ਪਰਤ ਸਾਫ਼ ਕਰਨ ਲੱਗੇ। ਸੁਖਦੇਵ ਸਿੰਘ ਵੀ ਉਹਨਾਂ ਨਾਲ ਆਇਆ ਸੀ। ਉਹਨੇ ਵੀ ਬਰਿਆਂ ਬਾਦ ਖੁੱਲੇ ਦਾੜੀ ਬਨ ਕੇ ਮੁੱਛਾਂ ਨੂੰ ਮਰੋੜ ਕੁੰਡਲ ਬਣਾਏ ਹੋਏ ਸਨ ਬੱਚੇ ਸੜਕ ਤੇ ਖੜੇ ਗੱਲਾਂ ਕਰ ਰਹੇ ਸਨ 9 ਵਜਨ ਤੋਂ ਕੁਛ ਚਿਰ ਪਹਿਲਾਂ ਗੁਰਦੀਪ ਕੌਰ ਨੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਫਿਰ ਉਹਦੇ ਆਦੇਸ਼ ਅਨੁਸਾਰ ਬੱਚੇ ਰੰਗ-ਪਿਰੰਗੀਆਂ ਛੰਡੀਆਂ ਵਾਲੇ ਹੱਥ ਉੱਪਰ ਚੁੱਕ ਕੇ ਆਪਣੀਆਂ ਛਾਤੀਆਂ ਸਾਹਮਣੇ ਲੈ ਆਏ ਪਿੰਡ 'ਚ ਗੁਰਦੀਪ ਕੌਰ ਨੇ ਉਹਨਾਂ ਨੂੰ ਇਸੇ ਤਰ੍ਹਾਂ ਕਰਨ ਲਈ ਕਿਹਾ ਸੀ ਫਿਰ ਉਹ ਆਪ ਵੀ ਉਹਨਾਂ ਨਾਲ ਕਤਾਰ 'ਚ ਖੜੀ ਹੋ ਗਈ ਉਹਨੇ ਘੜੀ ਵੱਲ ਦੇਖਿਆ 9 ਵਜਨ ਚ 2 ਮਿੰਟ ਬਾਕੀ ਸਨ ਉਹਨੇ ਫੇਰ ਇੱਕ ਵਾਰੀ ਮੂੰਹ ਤੇ ਆਏ ਮੜਕੇ ਨੂਰਮਾਲ ਨਾਲ ਪੁੰਝਿਆ ਪਰਛੋਟਾ چھوٹਾ ਗੋਲ ਸ਼ੀਸ਼ਾ ਬਾਹਰ ਕੱਢ ਆਪਣਾ ਚਿਹਰਾ ਨਿਹਾਰਿਆ 9 ਵਜ ਗਏ ਪਰ ਚੀਫ ਮਿਨਿਸਟਰ ਸਾਹਿਬ ਨਾ ਆਏ ਹੌਲੀ ਹੌਲੀ ਵਕਤ ਅੱਗੇ ਸਰਕਦਾ ਗਿਆ 10 ਵਜ ਗਏ ਸੂਰਜ ਚੜ੍ਹਦੇ ਵੱਲੋਂ ਸਿਰ ਉੱਪਰ ਨੂੰ ਆਉਂਦਾ ਦਿਸਿਆ ਜਿਹੜਾ ਸੂਰਜ ਸਵੇਰ ਵੇਲੇ ਆਪਣੇ ਘੇਰੇ ਚੋਂ ਲਾਲ ਤੇ ਸੁਨਹਿਰੀ ਰੰਗ ਦੀਆਂ ਭਰੀਆਂ ਪਚਕਾਰੀਆਂ ਜੋ ਤਰਫੇ ਬਖੀਰ ਕਾਇਨਾਤ ਨੂੰ ਰੱਤਾ ਬਣਾ ਰਿਹਾ ਸੀ ਉਹੀ ਸੂਰਜ ਹੁਣ ਆਗ ਵਾਂਗ ਤਪਦਾ ਮੂੰਹ ਲੈ ਉੱਪਰ ਆਕਾਸ਼ ਤੇ ਚੜਾਇਆ ਸੀ ਬੱਚਿਆਂ ਨੂੰ ਗਰਮੀ ਲੱਗ ਰਹੀ ਸੀ ਪਰ ਉਹ ਭੈਣ ਜੀ ਦੇ ਆਦੇਸ਼ ਅਨੁਸਾਰ ਇੱਕੋ ਥਾਂ ਖੜੇ ਸਨ ਉਹਨਾਂ ਦੇ ਝੰਡੀਆਂ ਫੜੇ ਸੱਜੇ ਹੱਥ ਅਜੇ ਤੱਕ ਵੀ ਉਹਨਾਂ ਦੀਆਂ ਛਾਤੀਆਂ ਸਾਵੇਂ ਸਨ ਬੱਚਿਆਂ ਦਾ ਪਿਆਸ ਨਾਲ ਬੁਰਾ ਹਾਲ ਹੋ ਰਿਹਾ ਸੀ ਪਰ ਉਹ ਆਪਣੀ ਭੈਣ ਜੀ ਤੋਂ ਡਰਦੇ ਮਾਰੇ ਕੁਝ ਨਹੀਂ ਸੀ ਬੋਲ ਰਹੇ ਜਿਵੇਂ ਜਿਵੇਂ ਵਕਤ ਅੱਗੇ ਟੁਰਦਾ ਜਾ ਰਿਹਾ ਸੀ ਗੁਰਦੀਪ ਕੌਰ ਦਾ ਉਤਸ਼ਾਹ ਫਿੱਕਾ ਪੈਂਦਾ ਜਾ ਰਿਹਾ ਸੀ 12 ਵਜ ਗਏ ਫਿਰ 12:30 ਸੂਰਜ ਇੱਕਦਮ ਸਿਰ ਤੇ ਆ ਗਿਆ ਤੇ ਨਾਲ ਬੱਚਿਆਂ ਦੀ ਜਾਨ ਨਿਕਲਦੀ ਜਾ ਰਹੀ ਸੀ ਮੁੜਕਾ ਉਹਨਾਂ ਦੇ ਪਿੰਡੇ ਨੂੰ ਭਿਉਂਦਾ ਹੋਇਆ ਲੱਤਾਂ ਤੀਕ ਪਹੁੰਚ ਗਿਆ ਸੀ ਪਰ ਉਸੇ ਥਾਂ ਭੁੱਖੇ ਪਿਆਸੇ ਖੜੇ ਸਨ ਸੁਖਦੇਵ ਸਿੰਘ ਇਸ ਲੰਬੇ ਵਕਤ ਚ ਕਈ ਵਾਰੀ ਚੌਕ ਚ ਡਿਊਟੀ ਤੇ ਖੜੇ ਸਿਪਾਹੀ ਕੋਲੋਂ ਜਾ ਕੇ ਪੁੱਛ ਆਇਆ ਸੀ ਕਿ ਚੀਫ ਮਨਿਸਟਰ ਸਭ ਕਿੰਨੇ ਵਜੇ ਆਉਣਗੇ ਹਰ ਵਾਰੀ ਉਸ ਪਾਸੋਂ ਕੁਝ ਪਤਾ ਨਹੀਂ ਹੋਣ ਦਾ ਜਵਾਬ ਮਿਲਿਆ ਗੁਰਦੀਪ ਕੌਰ ਦੇ ਮਨ 'ਚ ਇੱਕ ਵਾਰੀ ਤਾਂ ਆਇਆ ਵੀ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਮੁੜ ਜਾਏ ਪਰ ਉਹ ਸ਼ਾਸਨਲ ਜੈਤਿਕ ਵੀ ਉਸੇ ਤਰ੍ਹਾਂ ਉਸੇ ਥਾਂ ਖੜੀ ਸੀ ਵੀ ਸ਼ਾਇਦ ਚੀਫ ਮਿਨਿਸਟਰ ਸਾਹਿਬ ਇੱਕ ਵਾਰੀ ਉਹਨੂੰ ਪੁੱਛੀ ਲੈਣ ਗੁਰਦੀਪ ਕੌਰ ਤੂੰ ਤਾਂ ਕਮਾਲ ਦੀ ਕੁੜੀ ਹੈ ਤੇਰਾ ਹੀ ਜਿਗਰ ਹੈ ਜੋ ਤੂੰ ਐਡਾ ਵੱਡਾ ਤਿਆਗ ਕੀਤਾ ਹੈ ਅਜੇ ਉਹ ਸੋਚ ਹੀ ਰਹੀ ਸੀ ਕਿ ਸਪਾਈ ਨੇ ਦੂਰੋਂ ਚੀਫ ਮਿਨਿਸਟਰ ਦੇ ਆਉਣ ਦਾ ਇਸ਼ਾਰਾ ਕੀਤਾ ਗੁਰਦੀਪ ਕੌਰ ਦੇ ਇੱਕ ਵਾਰੀ ਬੱਚਿਆਂ ਦੀ ਬਣੀ ਕਤਾਰ ਵੱਲ ਦੇਖਦਿਆਂ ਸਾਰੇ ਬੱਚੇ ਸਿੱਧੇ ਖੜੇ ਹੋ ਗਏ। ਉਹਨਾਂ ਦੇ ਹੱਥੀ ਫੜੀਆਂ ਛੰਡੀਆਂ ਦੇ ਟੀਲੇ ਉਹਨਾਂ ਦੇ ਹੱਥਾਂ 'ਚ ਜ਼ੋਰ ਦੀ ਕੱਸੇ ਗਏ। ਗੁਰਦੀਪ ਕੌਰ ਨੇ ਆਪਣੀ ਸਾੜੀ ਠੀਕ ਕੀਤੀ। ਉਸ ਮੂੰਹ ਤੇ ਆਏ ਪਸੀਨੇ ਨੂੰ ਛੇਤੀ ਛੇਤੀ ਰੁਮਾਲ ਨਾਲ ਪੂੰਝਿਆ। ਇੱਕ ਪਲ ਹੀ ਉਹਦਾ ਮਨ ਕੀਤਾ ਉਹ ਪਰਸ ਤੋਂ ਛੋਟਾ ਗੋਲ ਸ਼ੀਸ਼ਾ ਬਾਹਰ ਕੱਢ ਆਪਣਾ ਚਿਹਰਾ ਵੀ ਨਿਹਾਰ ਲਈ ਪਰ ਵਕਤ ਘੱਟ ਹੋਣ ਕਰਕੇ ਉਹ ਜਿਆਨਾ ਕਰ ਸਕੇ। ਤੇ ਫਿਰ ਉਧਰ ਸੜਕ ਵੱਲ ਦੇਖਣ ਲੱਗੇ ਜਿੱਧਰੋਂ ਪੁਲਿਸ ਦੀ ਛੰਡੀ ਵਾਲੀ ਇੱਕ ਜੀਪ ਆ ਰਹੀ ਸੀ। ਚੌਂਕ 'ਚ ਸਵੇਰ ਦਾ ਡਿਊਟੀ ਤੇ ਖੜਿਆ ਸਿਪਾਹੀ ਟੋਪੀ ਠੀਕ ਕਰਕੇ ਅਟੈਂਸ਼ਨ ਪੋਜੀਸ਼ਨ 'ਚ ਆ ਗਿਆ ਪੁਲਿਸ ਵਾਲੀ ਜੀਪ ਹਾਰਨ ਵਜਾਉਂਦੀ ਨੇੜੇ ਆ ਗਈ ਫਿਰ ਪਿੱਛੇ-ਪਿੱਛੇ ਕਾਰਾਂ ਦਾ ਇੱਕ ਕਾਫਲਾ ਜਿਹੜਾ ਫੁਰ ਕਰਦਾ ਉਹਨਾਂ ਸਭ ਦੇ ਸਾਹਮਣੇ ਤੋਂ ਨਿਕਲ ਅੱਗੇ ਵੱਲ ਚਲਾ ਗਿਆ ਚੌਂਕ 'ਚ ਖੜੇ ਸਿਪਾਹੀ ਨੇ ਜ਼ੋਰ ਦੀ ਸਲੂਟ ਮਾਰਿਆ ਉਸ ਕਾਫਲੇ ਦੇ ਨਿਕਲਦੇ ਹੀ ਸਿਰ ਤੇ ਲਈ ਟੋਪੀ ਲਾ ਕੇ ਆਪਣੀ ਪੈਂਟ ਦੀ ਜੀਬ 'ਚ ਪਾ ਲਈ ਕੁਝ ਦੂਰੀ ਤੇ ਸਿਪਾਈ ਨੇੜੇ ਖੜੇ ਸੁਖਦੇਵ ਸਿੰਘ ਨੇ ਆ ਕੇ ਜਦੋਂ ਗੁਰਦੀਪ ਕੌਰ ਨੂੰ ਦੱਸਿਆ ਵੀ ਚੀਫ ਮਿਨਿਸਟਰ ਸਾਹਿਬ ਤਾਂ ਬਿਨਾਂ ਰੁਕੇ ਅੱਗੇ ਲੰਘ ਗਏ ਤਾਂ ਗੁਰਦੀਪ ਕੌਰ ਨੂੰ ਜਿਵੇਂ ਜ਼ੋਰ ਦਾ ੱਤਕਾ ਲੱਗਾ ਉਹ ਕੁਝ ਪਲਾਂ ਲਈ ਚੁੱਪ ਖੜੀ ਰਹਿ ਗਈ ਹੁਣ ਜਦੋਂ ਥੱਕੀ ਟੁੱਟੀ ਹੌਲੀ-ਹੌਲੀ ਤੁਰਦੀ ਪਿੰਡ ਵੱਲ ਮੁੜਿਆ ਰਹੀ ਸੀ ਤਾਂ ਤਰਕਾਲਾਂ ਢਲ ਚੁੱਕੀਆਂ ਸੀ ਸਾਰਾ ਚੁ ਤਰਫਾ ਲਾਲੀ ਰੱਤਾ ਹੁੰਦਾ ਜਾ ਰਿਹਾ ਸੀ ਪਾਲੀ ਡੰਗਰਾਂ ਨੂੰ ਹੱਕੀ ਘਰਾਂ ਵੱਲ ਮੁੜੇ ਆ ਰਹੇ ਸਨ ਗੁਰਦੀਪ ਕੌਰ ਦਾ ਮਨ ਉਦਾਸੀ ਨਾਲ ਭਰਿਆ ਹੋਇਆ ਸੀ ਫਿਰ ਉਹਨੂੰ ਦੂਰੋਂ ਪਿੰਡ ਦੇ ਹਾਰਿਆਂ ਚ ਉੱਠਦਾ ਧੂਆਂ ਕਾਲਖ ਫੜਦੇ ਜਾ ਰਹੇ ਆਕਾਸ਼ ਨੂੰ ਛਾਉਂਦਾ ਦਿਸਿਆ ਇਸ ਵਾਰੀ ਉਸ ਆਕਾਸ਼ ਛਾਉਂਦੇ ਧੂਏ ਵੱਲ ਦੇਖ ਤੀਵਰੇ ਪਹਿਲਾਂ ਦੀ ਗੱਲ ਚੇਤੇ ਆਉਂਦੀ ਐ ਉਹਦਾ ਮਨ ਕਿਸੇ ਉਤਸ਼ਾਹ ਨਾਲ ਭਰ ਗਿਆ ਫਿਰ ਆਪਣੇ ਪੈਰਾਂ ਨੂੰ ਪਹੇ ਦੇ ਕੋਸੇ ਰਤੇ ਚ ਪਿੰਡ ਵੱਲ ਤਰੀਕੀ ਲਈ ਆਉਂਦੀ ਗੁਰਦੀਪ ਕੌਰ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਤੇਜ਼-ਤੇਜ਼ ਕਦਮਾਂ ਨਾਲ ਤੁਰਨ ਲੱਗੀ ਧੰਨਵਾਦ ਸੁਮਾ